ਉਹ ਤੂੰ ਪਾਗਲ ਆ, ਤੂੰ ਕਿ ਸੌਰੀ ਬੋਲੀ? ਤੈਨੂੰ ਜਦ ਮੈਂ ਕਿਹਾ ਵਾ ਜਿੱਦਾਂ ਤੈਨੂੰ ਮੈਂ ਕਹਿ ਰਿਹਾ ਉਦਾਂ ਹੀ ਕਰਨਾ ਵਾ, ਤੂੰ ਆਪਣਾ ਦਿਮਾਗ ਨਹੀਂ ਲਾਣਾ। ਕਿਉਂ ਵੀਰੇ? ਮੈਨੂੰ ਕੀ ਪਤਾ, ਮੈਨੂੰ ਤਾਂ ਇਦਾਂ ਲੱਗਦਾ ਜਿਵੇਂ ਨਾ ਉਹਨੂੰ ਹੁਣ ਕਿਸੇ ਨੇ ਪੱਟੀ ਪੜਾਈ ਹੋਈ ਆ। ਵੀਰੇ ਆ ਕੀ ਪੈਸੇ ਆ? ਵੀਰੇ ਅੱਗੇ ਤਾਂ ਕਦੇ ਪੈਸੇ ਨਹੀਂ ਕੱਟੇ ਤੁਸੀਂ ਮੇਰੇ। ਤੇ ਕੋਈ ਗੱਲ ਨਹੀਂ, ਹੁਣ ਤਾਂ ਹੋ ਗਏ ਸ਼ੁਰੂ। ਪਰ ਵੀਰੇ ਇਦਾਂ ਕਿੱਦਾਂ? ਨੇਹਾ ਟੈਨਸ਼ਨ ਨਹੀਂ ਲੈਣੀ, ਤੇਰੀ ਤਨਖਾਹ ਮੈਂ ਆਪੇ ਵਧਾ ਦੂੰਗਾ। ਠੀਕ ਹੈ, ਛੁੱਟੀਆਂ ਵੀ ਕੋਈ ਗੱਲ ਨਹੀਂ, ਇੱਕ ਦੋ ਕਰ ਲਿਆ ਕਰੀ ਤੂੰ। ਠੀਕ ਆ? ਹਾਂਜੀ। ਮੈਨੂੰ ਲੱਗਦਾ ਹੁਣ ਇਹਨਾਂ ਨੇ ਮੇਰੇ ਤੋਂ ਕੰਮ ਕਰਾਉਣਾ ਨਹੀਂ ਗਾ। ਜਸਵੀਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਵੀਰੇ, ਠੀਕ ਹੋ? ਹਾਂਜੀ ਵੀਰੇ, ਸਮਾਨ ਭੇਜ ਦੇਣਾ ਸੀ ਵੀਰੇ, ਕੱਲ੍ਹ ਵੀ ਫੋਨ ਕੀਤਾ ਸੀ। ਪੇਮੈਂਟ ਮੈਂ ਹੁਣੇ ਭੇਜ ਦਿੰਦਾ ਭਾਅ ਜੀ, ਤੁਹਾਨੂੰ ਨਾ ਕਦੋਂ ਕੀਤੀ ਮੈਨੂੰ ਇਹ ਦੱਸੋ। ਹੁਣੇ ਲਓ ਵੀਰੇ, ਹੁਣੇ ਹੁਣੇ ਛੋਟਾ ਭਰਾ ਆ ਰਿਹਾ ਜੀ। ਹਾਂਜੀ ਬਾਬਾ ਆ ਰਿਹਾ। ਓਕੇ ਵੀਰੇ, ਸਤਿ ਸ਼੍ਰੀ ਅਕਾਲ ਬਾਬੇ। ਹਾਂਜੀ ਵੀਰੇ, ਇੱਕ ਮਿੰਟ ਗੱਲ ਸੁਣੀ। ਇੱਕ ਨਾ ਆਪਾਂ ਜਸਵੀਰ ਵਾਲਿਆਂ ਨੂੰ ਪੇਮੈਂਟ ਕਰਕੇ ਆਉਣੀ ਆ। ਠੀਕ ਹੈ ਵੀਰੇ। ਠੀਕ ਹੈ, ਹੁਣੇ ਚੱਲ ਜਾ, ਤੇਰੇ ਕੋਲ ਕਿੰਨੇ ਪੈਸੇ ਆ? ਆ ਲਓ ਵੀਰੇ, 2, 3, 4, 5, 6, 7, 8, 9, 4,500। ਬਹੁਤ ਵਧੀਆ ਕੀਤਾ, ਅਤੇ ਤਨਖਾਹ ਦੋਨਾਂ ਨੂੰ ਦਿੱਤੀਆਂ ਸੀ, ਉਹਦੇ ਔਨਲਾਈਨ ਪੇਮੈਂਟ ਪਾਤੀ? ਉਹ ਵੀਰੇ ਭੁੱਲ ਗਿਆ ਸੀਗਾ ਮੈਂ ਯਾਰ, ਉਹਦੀ ਵੀ ਪਾ ਦੇਣੀ ਸੀ। ਅਗਲਾ 10-11 ਤਰੀਕ ਹੋ ਗਏ ਨੇ, ਪੈਸੇ ਨਹੀਂ ਪਾਏ। 2500 ਇਹਨੂੰ ਦੇਤਾ, 8000 ਇਹਨੂੰ ਦਿੱਤਾ, 4,500 ਬਚ ਗਿਆ ਹੈ ਨਾ। ਨਹੀਂ ਵੀਰੇ, ਇਹਨੂੰ ਮੈਂ 3000 ਦਿੱਤਾ ਸੀਗਾ। ਇਹਨੂੰ 3000 ਦਿੱਤਾ? ਚਲੋ ਤਾਂ ਕੋਈ ਨਹੀਂ, ਫਿਰ 500 ਵੱਧ ਕਿਵੇਂ ਗਿਆ? ਵਧਿਆ ਨਹੀਂ ਵੀਰੇ, ਮੈਂ ਸਿਮਰਨ ਨੂੰ 7500 ਦਿੱਤਾ ਸੀਗਾ। ਕਿਉਂ ਵੀਰੇ? 2 ਛੁੱਟੀਆਂ ਕੀਤੀਆਂ ਨਾ ਉਹਨੇ। ਛੁੱਟੀਆਂ ਦੇ ਪੈਸੇ ਕੱਟੇ ਤੋ? ਹਾਂਜੀ ਵੀਰੇ। ਕਿਉਂ ਵੀਰੇ? ਅੱਗੋਂ ਛੁੱਟੀਆਂ ਨਹੀਂ ਨਾ ਕਰੂਗੀ। ਮੇਰੇ ਤੋਂ ਪੁੱਛਿਆ ਤੂੰ, ਟਾਈਮ ਕਿੰਨਾ ਹੋ ਗਿਆ ਦੇਖੀ? 10:15 ਹੋ ਗਏ ਵੀਰੇ। ਤਾਂ ਹੀ ਨਹੀਂ ਆਈ ਉਹ, ਕੋਈ ਕਸਰ ਛੱਡ ਵੀ ਦੇ ਉਹਨੂੰ ਕੱਢਣ ਵਾਲੀ। ਬਿਨਾਂ ਗੱਲ ਤੋਂ ਹੀ ਪੰਗੇ ਲੈ ਰਿਹਾ ਤੂੰ ਮੇਰੇ ਨਾਲ, ਗੱਲ ਤਾਂ ਕਰ 500 ਰੁਪਏ ਕੱਟਣ ਤੋਂ ਪਹਿਲਾਂ ਉਹਦਾ। ਵੀਰੇ ਹੁਣ ਤੋਂ ਹੁਣ ਅਹਿਸਾਸ ਦਵਾਂਗੇ ਤਾਂ ਫਿਰ ਅੱਗੋਂ ਛੁੱਟੀਆਂ ਨਹੀਂ ਕਰੂਗੀ। 5 ਸਾਲਾਂ ਤੋਂ ਤਾਂ ਅਹਿਸਾਸ ਨਹੀਂ ਦਵਾਇਆ, ਹੁਣ ਤੈਨੂੰ ਅਹਿਸਾਸ ਯਾਦ ਆ ਗਿਆ? ਕਿਉਂ ਜਾਣ ਜਾਣ ਕੇ ਪੰਗੇ ਲੈਣਾ ਉਹਦੇ ਨਾਲ? ਵੀਰੇ ਹੁਣ ਜੇ ਕਵਾਂਗੇ ਤਾਂ ਹੀ, ਨਹੀਂ ਤਾਂ ਸਿਰ ਤੇ ਚੜ੍ਹਦੀ ਵੀ ਇਹ। ਯਾਰ ਮੈਂ ਤੈਨੂੰ ਕਿਹਾ ਸੀ ਨਾ ਮੈਨੂੰ ਹੈਂਡਲ ਕਰ ਲੈਣ ਦੇ, ਮੈਂ ਆਪੇ ਕਰ ਲੂੰਗਾ, ਕੁਛ ਨਾ ਕੁਛ ਸੋਚਿਆ ਹੋਊਗਾ ਨਾ ਮੈਂ, ਤੈਨੂੰ ਕਿਹਾ ਸੀ ਨਾ ਮੈਨੂੰ ਸਭ ਪਤਾ। ਕਿਉਂ ਪੰਗੇ ਲੈ ਰਿਹਾ? ਆਪਣਾ ਦਿਮਾਗ ਕਿਉਂ ਲਾਈ ਜਾ ਰਿਹਾ ਤੂੰ? ਉਹੀ ਬਿਨਾਂ ਗੱਲੋਂ ਪੰਗੇ, ਜਿਹੜਾ ਕੰਮ ਕਹੋ ਤੈਨੂੰ ਯਾਦ ਨਹੀਂ ਰਹਿੰਦਾ। ਤੈਨੂੰ ਮੈਂ ਕਹਿ ਕੇ ਗਿਆ ਸਨੀ ਨੂੰ ਪੇਮੈਂਟ ਪਾ ਦੀ, ਉਹ ਪਾਈ ਨਹੀਂ, ਪੰਗੇ ਲੈਣੇ ਤੈਨੂੰ ਯਾਦ ਰਹਿ ਗਏ। ਤੇ ਫਿਰ ਵੀਰੇ ਮੇਰੇ ਨਾਲ ਕੋਈ ਬਹਿਸ ਦੇ ਪਿਓ? ਕਿਹਦੇ ਨਾਲ ਬਹਿਸਾਂ? ਤੇ ਕਿਹਦੀ ਜ਼ਿੰਮੇਵਾਰੀ ਲਈ ਸੀ ਮੈਂ ਤਨਖਾਹ ਦੇਣ ਦੀ? ਫਿਰ ਦੇ ਦਿੱਤੀ ਵੀਰੇ, ਉਹਨਾਂ ਨੂੰ ਅਹਿਸਾਸ ਦਿਵਾਉਣਾ ਪੈਣਾ ਵਾ। ਉਹ ਯਾਰ ਮੇਰੀ ਗੱਲ ਸੁਣਾ ਫੜ, ਦੇ ਕੇ ਆ, ਜਿੰਨਾ ਕੰਮ ਕਿਹਾ ਨਾ ਉਨਾ ਕਰਿਆ ਕਰ। ਹੈਲੋ। ਹੈਲੋ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਿਮਰਨ, ਕਿੱਥੇ ਹੈ? ਵੀਰੇ ਮੈਂ ਘਰੇ। ਤਬੀਅਤ ਠੀਕ ਹੈ ਤੇਰੀ? ਹਾਂਜੀ ਵੀਰੇ। ਘਰੇ ਸਭ ਠੀਕ ਹੈ? ਹਾਂਜੀ ਸਭ ਠੀਕ ਹੈ। ਦੁਕਾਨ ਤੇ ਆ ਜਾ 10 ਮਿੰਟ 'ਚ। ਵੀਰੇ ਪਰ ਮੈਂ ਤੈਨੂੰ ਕੀ ਕਹਿ ਰਿਹਾ, ਦੁਕਾਨ ਤੇ ਆ ਜਾ 10 ਮਿੰਟ 'ਚ। ਠੀਕ ਹੈ। ਕੋਈ ਵੈਲਿਡ ਰੀਜ਼ਨ ਤਾਂ ਦੇ ਦੇ।
ਵੀਰੇ ਵੀਰੇ ਨੇ ਕਦੇ ਵੀ ਮੇਰੇ ਪੈਸੇ ਨਹੀਂ ਕੱਟੇ ਹੈਗੇ। 5 ਸਾਲ ਚ ਪਹਿਲੀ ਵਾਰ ਵੀਰੇ ਨੇ ਮੇਰੇ ਪੈਸੇ ਕੱਟੇ ਆ। ਫਿਰ ਛੁੱਟੀ ਕਰ ਲੇਂਗੀ, ਘਰੇ ਬਹਿ ਜਾਏਂਗੀ ਜਾਂ ਕੋਈ ਹੋਰ ਕੰਮ ਲੱਭ ਲਿਆ? ਹੈਂ? ਨਹੀਂ ਵੀਰੇ। ਤੂੰ ਮੈਨੂੰ ਇੱਕ ਗੱਲ ਦੱਸ, ਜੇ ਤੇਰੇ ਅੱਜ ਤੱਕ ਪੈਸੇ ਨਹੀਂ ਕੱਟੇ, ਜੇ ਕੱਲ ਉਹਨੇ ਕੱਟ ਲਏ, ਤੂੰ ਮੇਰੇ ਨਾਲ ਗੱਲ ਕੀਤੀ? ਵੀਰੇ ਮੈਨੂੰ ਲੱਗਿਆ ਸ਼ਾਇਦ ਤੁਹਾਨੂੰ ਪਤਾ ਹੋਊਗਾ। ਹਾਂ ਮੈਨੂੰ ਪਤਾ, ਹੁਣੇ ਪਤਾ ਲੱਗਿਆ ਤਾਂ ਹੀ ਫੋਨ ਕੀਤਾ, ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਣਾ ਸੀ ਆਰਾਮ ਨਾਲ ਤੂੰ ਘਰੇ ਬੈਠੀ ਹੈ। ਮੈਨੂੰ ਲੱਗਿਆ ਤੂੰ ਬਿਮਾਰ ਹੋ ਗਈ ਜਾਂ ਤੇਰੇ ਘਰੇ ਕੋਈ ਪ੍ਰੋਬਲਮ ਹੈ, ਪਰ ਨਹੀਂ, ਤੁਹਾਡਾ ਤਾਂ ਦਿਲ ਨਹੀਂ ਕਰ ਰਿਹਾ ਕੰਮ 'ਤੇ ਆਉਣ ਨੂੰ। ਯਾਰ ਨਹੀਂ ਕੰਮ ਕਰਨਾ ਨਾ, ਸਿੱਧਾ ਮੈਨੂੰ ਕਹਿ ਦਿਓ, ਮੈਂ ਐਵੇਂ ਉਲਝਿਆ ਫਿਰਦਾ, ਹਰੇਕ ਜਗ੍ਹਾ 'ਤੇ ਤੇਰੀ ਸੇਫ ਸਾਈਡ ਰੱਖਦਾ ਮੈਂ, ਤੇਰੇ ਕਰਕੇ ਮੈਂ ਆਪਣੇ ਸਕੇ ਭਰਾ ਨਾਲ ਲੜ ਰਿਹਾ, ਇਸ ਤੋਂ ਵੱਡਾ ਕੋਈ ਹੋ ਸਕਦਾ? ਕੋਈ ਗੱਲ ਹੋ ਸਕਦੀ ਇਸ ਤੋਂ ਵੱਡੀ? ਕੋਈ ਫਿਰ ਇੱਕ 500 ਰੁਪਏ ਪਿੱਛੇ ਘੱਟੋ ਘੱਟ ਮੇਰੀ ਤਾਂ ਇੱਜ਼ਤ ਰੱਖ ਲਿਆ ਕਰ। ਹਰ ਪਾਸੇ ਮੈਂ ਤੈਨੂੰ ਬਚਾਉਣਾ, ਹਰ ਪਾਸੇ ਤੈਨੂੰ ਮੈਂ ਉਹਨਾਂ ਨੂੰ ਗਲਤ ਸਾਬਿਤ ਕਰਕੇ ਤੈਨੂੰ ਸਹੀ ਸਾਬਿਤ ਕਰਦਾ। ਕਿਉਂ ਤੂੰ 500 ਰੁਪਏ 'ਚ ਛੁੱਟੀ ਕਰ ਲੈਂਦੀ ਹੈ? ਤੇਰਾ ਦਿਲ ਨਹੀਂ ਕਰ ਰਿਹਾ ਕੰਮ 'ਤੇ ਆਉਣ ਨੂੰ? ਵੀਰੇ ਬਾਬਾ ਵੀਰੇ ਹੁਣ ਮੈਨੂੰ ਜਾਣ ਕੇ ਪੰਗੇ ਲੈ ਰਹੇ ਆ। ਤੂੰ ਮੈਨੂੰ ਇਹ ਦੱਸ, ਇੱਕ ਦਿਨ ਦੱਸ ਦੇ ਜਿੱਦਣ ਮੈਂ ਤੇਰਾ ਸਾਥ ਨਹੀਂ ਦਿੱਤਾ, ਕੋਈ ਵੀ ਗੱਲ ਦੱਸ ਦੇ। ਮੈਨੂੰ ਨਹੀਂ ਪਤਾ ਤੂੰ ਇੱਥੇ ਕੀ ਕਰ ਰਹੀ ਆ, ਸਾਰੀਆਂ ਚੀਜ਼ਾਂ ਪਤਾ ਮੈਨੂੰ, ਫਿਰ ਮੈਂ ਤੇਰੀ ਹਰ ਗੱਲ 'ਤੇ ਪਰਦਾ ਪਾ ਰਿਹਾ। ਕਿਉਂ ਪਾ ਰਿਹਾ? ਮੈਨੂੰ ਪਤਾ ਤੇਰੇ ਘਰ ਦੇ ਹਾਲਾਤ ਕਿੱਦਾਂ ਦੇ ਨੇ, ਤੈਨੂੰ ਕੰਮ ਦੀ ਲੋੜ ਆ। ਮੇਰਾ ਦਿਮਾਗ ਖਰਾਬ ਆ, ਮੈਂ ਉਹਦੇ ਨਾਲ ਲੜੀ ਜਾਂਦਾ ਰੋਜ਼ ਰੋਜ਼, ਤੁਸੀਂ ਸਮਝਦੇ ਹੀ ਨਹੀਂ ਹੈਗੇ। ਮੈਂ ਚਾਹੁੰਦਾ ਸੀ ਨਾ ਬੋਲਾਂ, ਨਾ ਸਮਝਾਵਾਂ, ਨਾ ਇੱਦਾਂ ਦੀ ਗੱਲ ਹੋਵੇ। ਫਿਰ ਤੂੰ ਕਹਿੰਦੀ ਕੋਈ ਨਵਾਂ ਇੰਪਲੋਈ ਆਉਂਦਾ ਉਹਦੇ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰੋ। ਹੋਰ ਕੌਣ ਆ ਮੈਨੂੰ ਇਹ ਦੱਸ, ਸਭ ਤੋਂ ਪੁਰਾਣੀ ਤੂੰ ਆ ਨਾ, ਤੈਨੂੰ ਤਾਂ ਸਗੋਂ ਚਾਹੀਦਾ ਤੂੰ ਕੰਮ ਸਾਂਭੇ, ਇਹਨਾਂ ਨੂੰ ਵੀ ਸਮਝਾਵੇਂ। ਰੋਜ਼ ਰੋਜ਼ ਤੁਹਾਨੂੰ ਸਮਝਾਉਣ ਦੀ ਲੋੜ ਪੈ ਰਹੀ ਹੈ ਮੈਨੂੰ, ਕਦੇ ਮੈਂ ਉਹਦੇ ਨਾਲ ਲੜ ਰਿਹਾ, ਕਦੇ ਮੈਂ ਤੇਰੇ ਨਾਲ ਲੜ ਰਿਹਾ, ਕਦੇ ਮੈਂ ਉਹਨੂੰ ਸਮਝਾ ਰਿਹਾ, ਇਹੀ ਕੰਮਾਂ ਜੋਗਾ ਰਹਿ ਗਿਆ ਮੈਂ। ₹500 ਪਿੱਛੇ ਛੁੱਟੀ ਕੀਤੀ ਸੀ ਨਾ, ਆਹ ਫੜ 500 ਰੁਪਏ ਫੜ। ਮਤਲਬ ਆਪਣਾ ਰਿਸ਼ਤਾ ਸਿਰਫ ਪੈਸਿਆਂ ਤੱਕ ਹੈ ਨਾ, ਮੈਂ ਤੈਨੂੰ ਤਨਖਾਹ ਦੇਈ ਜਾਵਾਂ ਅਤੇ ਤੂੰ ਕੰਮ ਕਰੀ ਜਾਵੇਂ, ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਕੋਈ ਰਿਸ਼ਤਾ ਨਹੀਂ, ਕੋਈ ਵੱਡੇ ਛੋਟੇ ਦੀ ਇੱਜ਼ਤ ਨਹੀਂ, ਹੈ ਨਾ। ਜਦੋਂ ਦਿਲ ਕਰੋ ਛੁੱਟੀ ਕਰ ਲਓ, ਜਦੋਂ ਦਿਲ ਕਰੋ ਮਾੜਾ ਬੋਲ ਦਿਓ, ਜਦੋਂ ਦਿਲ ਕਰੇ ਚੰਗਾ ਬੋਲ ਦਿਓ। ਓਵਰ ਟਾਈਮ ਵੀ ਲਾਇਆ ਸੀਗਾ, ਆ ਲੈ ਹੋਰ ਫੜ ਲੈ, ਲੈ ਫੜ ਲੈ, ਕੋਈ ਨਾ ਰੱਖ ਲਾ। ਜੇ ਤੈਨੂੰ ਪੈਸਿਆਂ ਤੱਕ ਹੀ ਪਿਆਰ ਹੈ ਨਾ, ਫਿਰ ਕੋਈ ਐਸੀ ਗੱਲ ਨਹੀਂ। ਦੇਖ ਮੇਰੀ ਗੱਲ ਸੁਣ ਸਿਮਰਨ, ਨਾ ਇਸ ਦੁਨੀਆਂ 'ਤੇ ਇੰਪਲੋਈ ਦੀ ਕਮੀ ਆ, ਅਤੇ ਨਾ ਹੋਰ ਦੁਕਾਨਾਂ ਦੀ ਕਮੀ ਆ। ਨਹੀਂ ਦਿਲ ਕਰਦਾ ਕਿਤੇ ਵੀ ਲੱਗ ਜਾ ਜਾ ਕੇ, ਮੈਨੂੰ ਕੋਈ ਦਿੱਕਤ ਨਹੀਂ, ਮੈਨੂੰ ਕੋਈ ਪਰੇਸ਼ਾਨੀ ਨਹੀਂ, ਠੀਕ ਆ। ਜੇ ਪੈਸੇ ਹੀ ਕਮਾਉਣੇ ਆ ਬੰਦਾ ਕਿਤੋਂ ਵੀ ਕਮਾ ਸਕਦਾ, ਪਰ ਰਿਸ਼ਤੇ ਨਹੀਂ ਕਮਾਏ ਜਾਂਦੇ ਹੁੰਦੇ। ਇੰਨੀ ਤੇਰੀ ਇੱਜ਼ਤ ਕਰੀਦੀ ਆ, ਇੰਨਾ ਤੈਨੂੰ ਪਿਆਰ ਕਰੀਦਾ, ਮੈਂ ਉਹਨੂੰ ਤੇਰੇ ਘਰੇ ਭੇਜਣਾ ਤੈਨੂੰ ਲੈਣ ਲਈ, ਤੈਨੂੰ ਉਹਦੀ ਚੀਜ਼ ਦੀ ਤਾਂ ਸ਼ਰਮ ਚਾਹੀਦੀ ਆ ਨਾ। ਫਿਰ ਤੂੰ ਮੂੰਹ ਚੱਕ ਕੇ ਦੂਜੇ ਦਿਨ ਛੁੱਟੀ ਕਰ ਲਈ, ਕਿੱਡੀ ਕੁ ਵੱਡੀ ਗੱਲ ਸੀ ਮੈਨੂੰ ਇਹ ਦੱਸ। ਹਰ ਵਾਰੀ ਮੈਂ ਉਹਨੂੰ ਹੀ ਗਲਤ ਕਹੀ ਜਾਵਾਂ, ਤੇਰੀ ਕੋਈ ਗਲਤੀ ਨਹੀਂ? ਅੱਛਾ ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸ, ਤੂੰ ਅੱਜ ਤੱਕ ਕੋਈ ਗਲਤੀ ਨਹੀਂ ਕੀਤੀ? ਦੱਸ ਕੋਈ ਗਲਤੀ ਨਹੀਂ ਕੀਤੀ ਤੂੰ? ਜਦੋਂ ਦੀ ਉਹ ਕੁੜੀ ਆਈ ਆ ਤੂੰ ਕੋਈ ਹਰਕਤ ਨਹੀਂ ਕੀਤੀ? ਤੂੰ ਉਹਨੂੰ ਹਟਾਉਣ ਲਈ ਕੋਈ ਕੰਮ ਨਹੀਂ ਇਹੋ ਜਿਹਾ ਕੀਤਾ? ਮੈਂ ਫਿਰ ਵੀ ਤੇਰਾ ਸਾਥ ਦੇ ਰਿਹਾ ਨਾ, ਦੇ ਰਿਹਾ ਨਾ। ਦੇਖ ਸਿਮਰਨ, ਜੇ ਕੋਈ ਗਲਤ ਦਾ ਸਾਥ ਦੇ ਰਿਹਾ ਨਾ ਤਾਂ ਉਹਦਾ ਕੋਈ ਰੀਜ਼ਨ ਹੁੰਦਾ, ਠੀਕ ਹੈ। ਜੇ ਤੂੰ ਉਹ ਚੀਜ਼ ਨੂੰ ਸਮਝ ਲਏਂਗੀ ਤਾਂ ਠੀਕ ਆ, ਨਹੀਂ ਤਾਂ ਜੋ ਤੇਰਾ ਦਿਲ ਕਰਦਾ ਕਰ ਲਾ, ਆ ਰੱਖ ਲੈ ਪੈਸੇ, ਹੋਰ ਚਾਹੀਦੇ ਆ ਹੋਰ ਲੈ ਲਈ, ਫੜ ਲਾ ਕੋਈ ਨਾ, ਸ਼ਾਇਦ ਤੇਰਾ ਦਿਲ ਕਰਨ ਲੱਗ ਜੇ। ਜਾ ਸੋਚ ਲਾ ਚੰਗੀ ਤਰ੍ਹਾਂ, ਠੀਕ ਹੈ। ਜੇ ਤੇਰਾ ਦਿਲ ਕਰੂਗਾ ਅੱਜ ਸਾਰਾ ਦਿਨ ਕੰਮ ਕਰ ਲਈ, ਨਹੀਂ ਤਾਂ ਕੱਲ੍ਹ ਤੋਂ ਆਪਣਾ ਤੂੰ ਡਿਸਾਈਡ ਕਰ ਲਈ, ਆਉਣਾ ਆ ਜਾਈ, ਨਹੀਂ ਆਉਣਾ ਤੇਰੀ ਖੁਸ਼ੀ ਆ, ਮੇਰੇ ਵੱਲ ਤੇਰਾ ਕੋਈ ਹੋਰ ਹਿਸਾਬ ਤਾਂ ਨਹੀਂ, ਕੋਈ ਪੈਸਾ ਤਾਂ ਨਹੀਂ ਦੇਣਾ ਮੈਂ ਤੇਰਾ, ਬਸ ਠੀਕ ਜਾ, ਜੇ ਹੁਣੇ ਜਾਣਾ ਹੁਣੇ ਚੱਲ ਜਾ।
देख सिमरन दुकान इत्थे तक लियानू ना, साडी सारी फैमिली का बहुत जोर लग गया, ठीक है। तो मार्केट च इज्जत बनाने नू बड़े साल लगे ने, तो मैं उन्हां दोनों चीज़ों का कोई रिस्क नहीं ले सकता। काम करना अपनी खुशी नाल करो, मेरे वास्ते नहीं करना, तुसी अपने वास्ते करो। हूँ फिर सॉरी, मैनू नहीं चाहिए थोड़िया सोरियाँ, मैनू नहीं चाहिए थोड़ा प्यार। पैसे लिए काम करना जिथे मर्जी करो वीरे, मैं अगे तो कोई गलती नहीं करती। मैं सुन सुन के थक गया तेरिया गल्लां, लोग ना मैनू पागल कहंदे कि मैं ना हर वारी ना उहदा साथ देना जो गलत हुंदा। तू हुण आप डिसाइड कर ला, इत्थे बहना इत्थे बह जा, घरे जाना घरे चल जा। मेरा भार लत गया, मैं तेरे पैसे देने सी देते। वीरे सॉरी प्लीज, सिमरन हजे ना मैनू छेड़, जा उधर चल जा, कोई गल नहीं, थोड़ी देर ठहर के गल कर दे। हेलो हेलो, सत श्रीकाल वीरे। सत श्रीकाल सनी, किवें आ? ठीक है वीरे, हुण तां फर्क आ गया। किन्ने दिन हो गए आई फ्लू नूं? 4-5 दिन हो गए भाई। ते 4-5 दिन हो गए, जे तू ठीक हो गया दुकान ते क्यों नहीं आया? भाजी ओ अखां थोड़े लाल सीगे ना, फिर घर दे कहंदे इक दिन होर रेस्ट कर ला। सनी ड्रामे ना कर, पहलां ही तेरियां इन्नियां छुट्टियां हुंदियां ने ते तू तनखाह लैण लई वी नहीं फोन कीता। वीरे मैं खुद चाहुंदा मैं आवां, मैनूं डर आ वी मेरे करके होरां नूं ना हो जाए। किसे नूं कुछ नहीं हुंदा, तू दुकान ते आ जा। ਤੁਸੀਂ ਇੱਦਾਂ ਕਰੋ ਭਾਜੀ, ਔਨਲਾਈਨ ਪਾ ਦਿਓ ਮੈਨੂੰ ਸੈਲਰੀ। ਸਨੀ ਡਰਾਮੇ ਨਾ ਕਰ, ਕੋਈ ਔਨਲਾਈਨ ਨਹੀਂ ਪੈਣੀ, ਜੇ ਤਨਖਾਹ ਲੈਣੀ ਹੈ ਤਾਂ ਦੁਕਾਨ 'ਤੇ ਆਉਣਾ ਪੈਣਾ, ਨਹੀਂ ਤਾਂ ਤੇਰੀ ਮਰਜ਼ੀ ਆ। ਹੁਣ ਹੀ ਆ ਜਾ ਭਾਜੀ, ਜਦੋਂ ਮਰਜ਼ੀ ਆ ਜਾ। ਚਲੋ ਮੈਂ ਆਉਂਦਾ। ਪੇਮੈਂਟ? ਹਾਂਜੀ। ਗੱਲ ਸੁਣ ਲਾ ਮੇਰੀ, ਸਿਮਰਨ ਨੂੰ ਮੈਂ ਚੰਗੀ ਤਰ੍ਹਾਂ ਸਮਝਾ ਤਾ, ਤੂੰ ਕੋਈ ਗੱਲ ਨਹੀਂ ਕਰਨੀ ਉਹਦੇ ਨਾਲ, ਠੀਕ ਆ? ਠੀਕ ਆ। ਕੱਲ੍ਹ ਨੂੰ ਆਉਣਾ ਆਵੇ, ਨਹੀਂ ਆਉਣਾ ਨਾ ਆਵੇ। ਠੀਕ ਆ, ਆਉਣਾ ਆਵੇ। ਬਸ ਹੁਣ ਮੈਂ ਜਿਹੜੀ ਗੱਲ ਕਰਨੀ ਸੀ ਕਰਤੀ ਆ, ਹੁਣ ਮੈਂ ਸਾਰੀਆਂ ਗੱਲਾਂ ਮੈਂ ਤੈਨੂੰ ਨਹੀਂ ਦੱਸੂੰਗਾ, ਨਾ ਮੈਂ ਹੁਣ ਉਹਨੂੰ ਸਮਝਾਉਣਾ। ਤੁਹਾਡੇ ਡਰਾਮੇ ਨਹੀਂ ਮੁੱਕਦੇ ਪਏ। ਚੱਲ ਤੂੰ ਕੋਈ ਨੀ ਕਰ ਲਾ ਕੰਮ। ਕਿਤੇ ਨਾ ਕਿਤੇ ਤੇਰੀ ਗਲਤੀ ਹੈਗੀ ਆ, ਤਾਂ ਵੱਡਾ ਵੀਰਾ ਬੋਲਿਆ ਵਾ। ਬੋਲ ਹੁਣ, ਚੁੱਪ ਕਿਉਂ ਖੜੀ
ਵੀਰੇ ਪਰ ਅੱਜ ਤੱਕ ਵੀ ਤੁਸੀਂ ਮੇਰੇ ਕਦੇ ਪੈਸੇ ਨਹੀਂ ਕੱਟੇ ਹੈਗੇ। ਮੈਂ ਤੇਰੇ ਪੈਸੇ ਕੱਟਨੇ ਨਹੀਂ ਸੀਗੇ, ਤੈਨੂੰ ਦੇ ਦੇਣੇ ਸੀ, ਪਰ ਤੈਨੂੰ ਕਿਹਾ ਤਾਂ ਵੀ ਤੈਨੂੰ ਅਹਿਸਾਸ ਹੋ ਸਕੇ ਕਿ ਤੂੰ ਕੀ ਕਰਦੀ ਪਈ ਆ। ਤੈਨੂੰ ਵੀ ਪਤਾ ਵਾ ਆਪਾਂ ਸਟਾਫ ਰੱਖਿਆ ਕਿ ਅੱਗੋਂ ਆਪਣਾ ਕੰਮ ਵਧੀਆ ਹੋ ਸਕੇ, ਆਸਾਨੀ ਹੋ ਸਕੇ, ਤੈਨੂੰ ਕੋਈ ਦਿੱਕਤ ਨਾ ਆਵੇ, ਤੇ ਤੂੰ ਕੀ ਕਰਦੀ ਪਈ ਆ? ਸਗੋਂ ਤੂੰ ਉਹਨਾਂ ਨੂੰ ਕੰਮ ਸਿਖਾਉਣਾ ਕਿ ਤੂੰ ਉਹਨਾਂ ਨੂੰ ਹਟਾਉਣ ਦੀ ਸਕੀਮਾਂ ਲਾ ਰਹੀ ਆ। ਬੋਲ, ਦਿਲ ਤੇ ਹੱਥ ਰੱਖ ਕੇ ਕਹਿ, ਤੂੰ ਨਹੀਂ ਗਲਤ ਕਰ ਰਹੀ ਉਹਨਾਂ ਨਾਲ। ਬੋਲ ਹੁਣ, ਦੇਖ ਤੂੰ ਮੇਰੀ ਨਿੱਕੀ ਭੈਣ ਆ, ਮੇਰਾ ਨੀ ਜੀ ਕਰਦਾ ਕਿ ਮੈਂ ਤੈਨੂੰ ਏਦਾਂ ਬੋਲਾਂ, ਪਰ ਤੂੰ ਮੈਨੂੰ ਮਜਬੂਰ ਕੀਤਾ। ਪਰ ਵੀਰੇ ਅੱਜ ਤੱਕ ਤੁਸੀਂ ਮੈਨੂੰ ਏਦਾਂ ਕਦੇ ਨੀ ਬੋਲੇ ਹੈਗੇ ਜਿੱਦਾਂ ਹੁਣ ਤੁਸੀਂ 15 ਦਿਨ ਤੋਂ ਬੋਲਣਾ ਸ਼ੁਰੂ ਕੀਤਾ। ਨਵੀਂ ਕੁੜੀ ਨੂੰ 15 ਦਿਨ ਹੀ ਹੋਇਆ ਇਹਨੂੰ। ਤੂੰ ਦਿਲ ਤੇ ਹੱਥ ਰੱਖ ਕੇ ਕਹਿ, ਤੂੰ ਨਹੀਂ ਕੋਸ਼ਿਸ਼ ਕਰ ਰਹੀ ਕਿ ਉਹ ਕਿਤੇ ਨਾ ਕਿਸੇ ਤਰੀਕੇ ਨਾਲ ਹਟ ਜਾਣ ਇੱਥੋਂ। ਬੇਟਾ ਆਪਾਂ ਸਟਾਫ ਰੱਖਿਆ ਕਿ ਅੱਗੋਂ ਗਾਹਕ ਆਉਣੇ ਆ, 10-10 ਗਾਹਕ ਆ ਜਾਣਗੇ, ਇਕੱਲਾ ਅਟੈਂਡ ਕਰ ਲੇਂਗੀ ਤੂੰ? ਨਹੀਂ ਕਰ ਸਕਦੀ ਨਾ, ਜਾਂ ਅਸੀਂ ਨਹੀਂ ਕਰ ਸਕਦੇ ਨਾ। ਆਪਾਂ ਸਟਾਫ ਰੱਖਿਆ, ਤੂੰ ਸਟਾਫ ਨੂੰ ਕੰਮ ਸਿਖਾ। ਜੇ ਉਹਨਾਂ ਨੂੰ 1 ਸਾਲ ਹੋ ਜਾਣਗੇ ਨਾ, ਤਾਂ ਤੈਨੂੰ 6 ਸਾਲ ਹੋ ਜਾਣਗੇ। ਇੱਦਾਂ ਨਹੀਂ ਕੋਈ ਤੇਰੀ ਜਗ੍ਹਾ ਲੈਂਦਾ। ਤੂੰ ਤਾਂ ਇਨਸਿਕਿਓਰ ਫੀਲ ਕਰਨ ਲੱਗ ਜਾਂਦੀ ਹੈ ਕਿ ਮੇਰੀ ਜਗ੍ਹਾ ਨਾ ਲੈ ਲੈਣ। ਇੱਦਾਂ ਨਹੀਂ ਕੋਈ ਜਗ੍ਹਾ ਲੈਂਦਾ। ਸਿਮਰਨ, ਆਖਿਰ 'ਚ ਮੈਂ ਇਹੀ ਗੱਲ ਕਹੂੰਗਾ, ਜੇ ਰਲ ਮਿਲ ਕੇ ਰਵਾਂਗੇ ਨਾ ਤਾਂ ਪਰਿਵਾਰ ਖੁਸ਼ ਵੀ ਰਹਿੰਦਾ ਵਾ ਅਤੇ ਬਰਕਤ ਵੀ ਪੈਂਦੀ ਆ, ਅਤੇ ਜੇ ਇੱਕ ਦੂਜੇ ਦੇ ਮਨ 'ਚ ਈਰਖਾ ਹੋਵੇ ਤਾਂ ਪਰਿਵਾਰ ਕਦੇ ਵੀ ਖੁਸ਼ ਨਹੀਂ ਰਹਿੰਦਾ ਅਤੇ ਉੱਥੇ ਬਰਕਤ ਵੀ ਨਹੀਂ ਪੈਂਦੀ। ਬਾਕੀ ਤੇਰੀ ਮਰਜ਼ੀ ਆ, ਮੇਰਾ ਕੰਮ ਸੀ ਸਮਝਾਉਣਾ, ਮੈਂ ਤੈਨੂੰ ਸਮਝਾਤਾ ਵਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਠੀਕ ਤਾਂ ਹੋ ਗਿਆ, ਐਵੇਂ ਘਰੇ ਬੈਠਾ ਸੀਗਾ। ਨਹੀਂ ਭਾਜੀ, ਅੱਖਾਂ ਵਿੱਚ ਨਾ ਮਤਲਬ ਥੋੜ੍ਹੀ ਲਾਲੀ ਜਿਹੀ ਹੈਗੀ ਆ, ਮੈਂ ਤਾਂ ਕਰਕੇ ਨਹੀਂ ਆ ਰਿਹਾ ਸੀਗਾ ਜੀ। ਇੰਨਾ ਵੀ ਕੋਈ ਵੱਡੀ ਬਿਮਾਰੀ ਨਹੀਂ ਲੱਗੀ ਹੋਈ ਸੀ ਤੁਹਾਨੂੰ, ਠੀਕ ਆ ਨਾ? ਕਿੰਨੇ ਦਿਨ? 15 ਦਿਨ ਲੱਗੇ ਸੀ ਤੇਰੇ? ਹਾਂਜੀ। ਹੁਣ ਮੇਰੀ ਗੱਲ ਸੁਣ ਲਾ ਧਿਆਨ ਨਾਲ, ਜੇ ਤਾਂ ਕੰਮ ਕਰਨਾ ਬੰਦੇ ਵਾਂਗੂ ਕਰ ਲਾ, ਨਹੀਂ ਕਰਨਾ ਤੇਰੀ ਮਰਜ਼ੀ ਹੈ। ਨਹੀਂ ਭਾਜੀ, ਮੈਂ ਤਾਂ ਰੈਗੂਲਰ ਆ ਰਿਹਾ ਸੀਗਾ ਜੀ ਹੁਣ ਤੱਕ। ਹਾਂ, ਰੈਗੂਲਰ ਹੀ ਆ ਰਿਹਾ ਸੀ, ਤਾਂ ਹੀ ਮਹੀਨੇ 'ਚ 15 ਦਿਨ ਲੱਗਿਆ। ਅੱਗੇ ਤੋਂ ਜੇ ਛੁੱਟੀਆਂ ਕਰਨੀਆਂ ਤਾਂ ਫਿਰ ਛੁੱਟੀ ਹੋ ਸਮਝੀ, ਠੀਕ ਹੈ? ਭਾਵੇਂ ਜਿੰਨੇ ਮਰਜ਼ੀ ਸਾਲ ਹੋ ਗਏ, ਜਿੰਨਾ ਮਰਜ਼ੀ ਐਕਸਪੀਰੀਅੰਸ ਹੋ ਗਿਆ, ਮੈਂ ਨਾ ਹੁਣ ਕੋਰਾ ਚੱਲਣਾ ਤੁਹਾਡੇ ਨਾਲ। ਛੁੱਟੀਆਂ ਕਰਨੀਆਂ ਯਾਰ, ਗੱਲਾਂ ਹੋਣ ਨਾ ਹੋਣ, ਤੁਸੀਂ ਤਾਂ ਘਰੇ ਬੈਠੇ, ਤੁਹਾਨੂੰ ਤਾਂ ਪਤਾ ਹੀ ਕੱਖ ਨਹੀਂ। ਭਾਜੀ ਮੈਂ ਜਾਣ ਕੇ ਥੋੜ੍ਹੀ ਬੈਠਾ ਸੀਗਾ ਜੀ, ਮੈਂ ਬਿਮਾਰ ਹੋ ਗਿਆ ਸੀਗਾ ਜੀ। ਠੀਕ ਆ, ਸਾਰਾ ਦਿਨ ਥੋੜ੍ਹੀ ਬਿਮਾਰ ਸੀਗਾ ਤੂੰ, ਜਿਹੜੀਆਂ ਹੁਣ 3-4 ਦਿਨਾਂ ਤੋਂ ਤੂੰ ਆਈ ਫਲੋ ਸੀਗਾ, ਪਹਿਲਾਂ ਕਿੰਨਾ ਸੀਗਾ? ਪਹਿਲਾਂ ਕੋਈ ਹੋਰ ਬਿਮਾਰੀ ਲੱਗੀ ਹੋਣੀ ਤੈਨੂੰ? ਐਕਚੁਲੀ ਤੈਨੂੰ ਨਾ ਵਿਹਲੇ ਰਹਿਣ ਦੀ ਆਦਤ ਪੈ ਗਈ, ਹੋਰ ਕੁਛ ਨਹੀਂ। ਇੱਥੇ ਆ ਕੇ ਕੰਮ ਨਹੀਂ ਕਰਨਾ, ਉੱਦਾਂ ਵੀ ਘਰੇ ਬੈਠੇ ਰਹਿਣਾ, ਤਨਖਾਹ ਦੇਈ ਜਾਂਦੇ ਨਾ ਤਾਂ ਕਰਕੇ। ਜੇ ਹੁਣ ਰੈਗੂਲਰ ਆਏਗਾ ਤਾਂ ਅਗਲੇ ਮਹੀਨੇ ਤਨਖਾਹ ਮਿਲਣੀ ਆ, ਨਹੀਂ ਜੇ ਟੁੱਟਮਾਂ ਆਉਣਾ, ਕਦੀ ਆਇਆ ਕਦੀ ਨਾ ਆਇਆ, ਫਿਰ ਮੇਰੇ ਤੋਂ ਤਨਖਾਹ ਨਾ ਐਕਸਪੈਕਟ ਕਰੀ। ਨਹੀਂ ਵੀਰੇ, ਮੈਂ ਰੈਗੂਲਰ ਆਊਂਗਾ ਜੀ ਹੁਣ, ਜੋ ਮਰਜ਼ੀ ਕਰ। ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ ਵੀਰੇ। ਬਾਵੇ ਵੀਰੇ, ਧਿਆਨ ਰੱਖੀ ਯਾਰ, ਮੈਂ ਆਇਆ। ਨੇਹਾ
नेहा सिमरन सनी इधर आओ। मैं वीरे नूं कदे भी इन्ना गुस्से च नहीं देखिया। तैनू भी डांट पै गई है, तैनू भी आंदे सा डांट पै गई है। तो नेहा तू भी गल सुन ला, इन्हां तों कम सिख लै। ਇਹ ਨਾ ਹੋਵੇ ਕੱਲ੍ਹ ਨੂੰ ਤੈਨੂੰ ਵੀ ਡਾਂਟ ਪੈ ਜੇ। ਮਾਹੌਲ ਨਾ ਵਧੀਆ ਬਣਾ ਕੇ ਰੱਖੋ, ਵਾਰ ਵਾਰ ਮੈਂ ਵੀ ਨਹੀਂ ਸਮਝਾਉਣਾ। ਪਰਿਵਾਰ ਵਾਂਗੂ ਬਣ ਕੇ ਰਹੋ, ਖੁਸ਼ ਰਹੋ। ਗਾਹਕ ਆਉਂਦਾ ਖਿੜੇ ਮੱਥੇ ਉਹਨਾਂ ਨੂੰ ਅਟੈਂਡ ਕਰੋ, ਤਾਂ ਜੋ ਸਵੇਰੇ ਇਹ ਸ਼ੁਰੂਆਤ ਵੀ ਵਧੀਆ ਹੋਵੇ ਅਤੇ ਸ਼ਾਮ ਨੂੰ ਖੁਸ਼ੀ ਖੁਸ਼ੀ ਆਪਾਂ ਘਰ ਜਾਈਏ। ਠੀਕ ਹੈ? ਠੀਕ ਹੈ ਜੀ, ਮਿਲ ਕੇ ਕੰਮ ਕਰੀਏ ਹੁਣ ਆਪਾਂ। ਵੀਰੇ ਮੈਂ ਘਰ ਜਾ ਰਹੀ ਹਾਂ। ਹੁਣ ਤੈਨੂੰ ਕੀ ਹੋ ਗਿਆ? ਕੁਛ ਨਹੀਂ ਵੀਰੇ, ਬਸ ਉਹ ਮੈਂ ਤੈਨੂੰ ਸਮਝਾਉਂਦਾ ਪਿਆ ਯਾਰ,